ਪਟਿਆਲਾ ਸ਼ਹਿਰ ਦੇ ਵਿੱਚ ਲਗਾਤਾਰ ਪੈ ਰਹੀ ਬਾਰਿਸ਼ ਨੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਤਾਂ ਉੱਥੇ ਹੀ ਕੁਝ ਲੋਕਾਂ ਦੇ ਲਈ ਇਹ ਮੀਂਹ ਮੁਸੀਬਤ ਬਣ ਗਿਆ, ਕਿਉਂਕਿ ਪਟਿਆਲਾ ਨੇ ਪਿਛਲੇ ਸਾਲ ਵੀ ਵੱਡੇ ਪੱਧਰ ਤੇ ਹੜ੍ਹਾਂ ਦਾ ਸਾਹਮਣਾ ਕੀਤਾ ਤੇ ਲੋਕ ਉਸ ਦਰਦ ਨੂੰ ਹਾਲੇ ਤੱਕ ਨਹੀਂ ਭੁੱਲ ਰਹੇ, ਤਾਂ ਅਜਿਹੇ ਦੇ ਵਿੱਚ ਇਸ ਸਾਲ ਵੀ ਸਥਿਤੀ ਕੁਝ ਠੀਕ ਨਹੀਂ ਜਾਪ ਰਹੀ, ਕਿਉਂਕਿ ਨਦੀ ਦੇ ਕਿਨਾਰੇ ਬੈਠੇ ਲੋਕਾਂ ਨੂੰ ਜਿੱਥੇ ਹੜ੍ਹਾਂ ਦਾ ਖਤਰਾ ਲੱਗਿਆ ਹੋਇਆ, ਤਾਂ ਉੱਥੇ ਹੀ ਆਮ ਪੌਸ਼ ਏਰੀਏ ਨੇ ਜਿਹੜੇ ਉਹ ਵੀ ਵੱਡੇ ਪੱਧਰ ਤੇ ਘਬਰਾਏ ਹੋਏ ਨੇ। ਤੇ ਪਟਿਆਲਾ ਦੇ ਫੇਜ਼ 2 ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਲਗਾਤਾਰ ਪਾਣੀ ਜਮ੍ਹਾਂ ਹੋਣਾ ਸ਼ੁਰੂ ਹੋ ਗਿਆ। ਪੁਰਾਣੇ ਬੱਸ ਸਟੈਂਡ ਤੋਂ ਲੈ ਕੇ ਫੇਜ਼ 2 ਦੇ ਬਹੁਤ ਸਾਰੇ ਥਾਂ ਅਜਿਹੇ ਨੇ ਜਿੱਥੇ ਕਲੋਨੀਆਂ ਦੇ ਵਿੱਚ ਪਾਣੀ ਭਰ ਚੁੱਕਿਆ ਤੇ ਲੋਕ ਇਸ ਦੇ ਲਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ। ਨਗਰ ਨਿਗਮ ਭਾਵੇਂ ਇਸ ਗੱਲ ਦਾ ਦਾਅਵਾ ਕਰ ਰਿਹਾ ਕਿ ਪਟਿਆਲਾ ਦੇ ਵਿੱਚ ਪਾਣੀ ਰੁਕਣ ਦੀ ਸਮੱਸਿਆ ਨਹੀਂ ਆਏਗੀ, ਪਰ ਫਿਲਹਾਲ ਨਗਰ ਨਿਗਮ ਦੇ ਸਾਰੇ ਵਾਅਦੇ ਝੂਠੇ ਪੈਂਦੇ ਵਿਖਾਈ ਦੇ ਰਹੇ ਨੇ। ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੁਰਾਣੇ ਬੱਸ ਸਟੈਂਡ ਦੇ ਬਾਹਰ ਜਿੱਥੇ ਪਾਣੀ ਖੜਿਆ ਹੋਇਆ, ਤਾਂ ਇਹੋ ਹਾਲਾਤ ਬਹੁਤ ਸਾਰੀਆਂ ਕਲੋਨੀਆਂ ਦਾ ਪਟਿਆਲਾ ਦੇ ਵਿੱਚ ਫਿਲਹਾਲ ਬਣਿਆ ਹੋਇਆ। ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਸੀਵਰੇਜ ਸਿਸਟਮ ਨੂੰ ਮੌਕੇ ਤੇ ਆ ਕੇ ਚਾਲੂ ਵੀ ਕੀਤਾ ਗਿਆ ਤੇ ਪਾਣੀ ਕੱਢ ਵੀ ਦਿੱਤਾ ਗਿਆ, ਪਰ ਵੱਡਾ ਸਵਾਲ ਇਹ ਹੈ ਕਿ ਜਦੋਂ ਮੀਂਹ ਪੈਂਦੇ ਨੇ ਉਦੋਂ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਲੋੜ ਕਿਉਂ ਪੈਂਦੀ ਹੈ? ਨਗਰ ਨਿਗਮ ਦੇ ਮੁਲਾਜ਼ਮ ਪਹਿਲਾਂ ਹੀ ਇਸ ਚੀਜ਼ ਦਾ ਹੱਲ ਕਿਉਂ ਨਹੀਂ ਕਰਦੇ? ਕਿਉਂ ਲੋਕਾਂ ਨੂੰ ਸ਼ਿਕਾਇਤ ਦੇ ਕੇ ਆਪਣੇ ਘਰਾਂ ਆਪਣੀਆਂ ਕਲੋਨੀਆਂ ਦੇ ਵਿੱਚ ਖੜ੍ਹਾ ਪਾਣੀ ਕਢਵਾਉਣਾ ਪੈਂਦਾ? ਇਸ ਲਈ ਪ੍ਰਸ਼ਾਸਨ ਇਸ ਸੰਬੰਧੀ ਨਿਗਾਹ ਮਾਰੇ ਕਿ ਇਸ ਦੇ ਪ੍ਰਬੰਧ ਪਹਿਲਾਂ ਹੀ ਕੀਤੇ ਜਾਣ, ਲੋਕਾਂ ਨੂੰ ਸ਼ਿਕਾਇਤ ਕਰਨ ਦਾ ਮੌਕਾ ਨਾ ਮਿਲੇ। ਪਟਿਆਲਾ ਤੋਂ ਚਰਨਜੀਤ ਜੋਸ਼ੀ ਦੀ ਰਿਪੋਰਟ ਆਨ ਏਅਰ। ਪਟਿਆਲਾ ਸ਼ਹਿਰ ਦੇ ਵਿੱਚ ਲਗਾਤਾਰ ਪੈ ਰਹੀ ਬਾਰਿਸ਼ ਨੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਤਾਂ ਉੱਥੇ ਹੀ ਕੁਝ ਲੋਕਾਂ ਦੇ ਲਈ ਇਹ ਮੀਂਹ ਮੁਸੀਬਤ ਬਣ ਗਿਆ, ਕਿਉਂਕਿ ਪਟਿਆਲਾ ਨੇ ਪਿਛਲੇ ਸਾਲ ਵੀ ਵੱਡੇ ਪੱਧਰ ਤੇ ਹੜ੍ਹਾਂ ਦਾ ਸਾਹਮਣਾ ਕੀਤਾ ਤੇ ਲੋਕ ਉਸ ਦਰਦ ਨੂੰ ਹਾਲੇ ਤੱਕ ਨਹੀਂ ਭੁੱਲ ਰਹੇ, ਤਾਂ ਅਜਿਹੇ ਦੇ ਵਿੱਚ ਇਸ ਸਾਲ ਵੀ ਸਥਿਤੀ ਕੁਝ ਠੀਕ ਨਹੀਂ ਜਾਪ ਰਹੀ, ਕਿਉਂਕਿ ਨਦੀ ਦੇ ਕਿਨਾਰੇ ਬੈਠੇ ਲੋਕਾਂ ਨੂੰ ਜਿੱਥੇ ਹੜ੍ਹਾਂ ਦਾ ਖਤਰਾ ਲੱਗਿਆ ਹੋਇਆ, ਤਾਂ ਉੱਥੇ ਹੀ ਆਮ ਪੌਸ਼ ਏਰੀਏ ਨੇ ਜਿਹੜੇ ਉਹ ਵੀ ਵੱਡੇ ਪੱਧਰ ਤੇ ਘਬਰਾਏ ਹੋਏ ਨੇ। ਤੇ ਪਟਿਆਲਾ ਦੇ ਫੇਜ਼ 2 ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਲਗਾਤਾਰ ਪਾਣੀ ਜਮ੍ਹਾਂ ਹੋਣਾ ਸ਼ੁਰੂ ਹੋ ਗਿਆ। ਪੁਰਾਣੇ ਬੱਸ ਸਟੈਂਡ ਤੋਂ ਲੈ ਕੇ ਫੇਜ਼ 2 ਦੇ ਬਹੁਤ ਸਾਰੇ ਥਾਂ ਅਜਿਹੇ ਨੇ ਜਿੱਥੇ ਕਲੋਨੀਆਂ ਦੇ ਵਿੱਚ ਪਾਣੀ ਭਰ ਚੁੱਕਿਆ ਤੇ ਲੋਕ ਇਸ ਦੇ ਲਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ। ਨਗਰ ਨਿਗਮ ਭਾਵੇਂ ਇਸ ਗੱਲ ਦਾ ਦਾਅਵਾ ਕਰ ਰਿਹਾ ਕਿ ਪਟਿਆਲਾ ਦੇ ਵਿੱਚ ਪਾਣੀ ਰੁਕਣ ਦੀ ਸਮੱਸਿਆ ਨਹੀਂ ਆਏਗੀ, ਪਰ ਫਿਲਹਾਲ ਨਗਰ ਨਿਗਮ ਦੇ ਸਾਰੇ ਵਾਅਦੇ ਝੂਠੇ ਪੈਂਦੇ ਵਿਖਾਈ ਦੇ ਰਹੇ ਨੇ। ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੁਰਾਣੇ ਬੱਸ ਸਟੈਂਡ ਦੇ ਬਾਹਰ ਜਿੱਥੇ ਪਾਣੀ ਖੜਿਆ ਹੋਇਆ, ਤਾਂ ਇਹੋ ਹਾਲਾਤ ਬਹੁਤ ਸਾਰੀਆਂ ਕਲੋਨੀਆਂ ਦਾ ਪਟਿਆਲਾ ਦੇ ਵਿੱਚ ਫਿਲਹਾਲ ਬਣਿਆ ਹੋਇਆ। ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਸੀਵਰੇਜ ਸਿਸਟਮ ਨੂੰ ਮੌਕੇ ਤੇ ਆ ਕੇ ਚਾਲੂ ਵੀ ਕੀਤਾ ਗਿਆ ਤੇ ਪਾਣੀ ਕੱਢ ਵੀ ਦਿੱਤਾ ਗਿਆ, ਪਰ ਵੱਡਾ ਸਵਾਲ ਇਹ ਹੈ ਕਿ ਜਦੋਂ ਮੀਂਹ ਪੈਂਦੇ ਨੇ ਉਦੋਂ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਲੋੜ ਕਿਉਂ ਪੈਂਦੀ ਹੈ? ਨਗਰ ਨਿਗਮ ਦੇ ਮੁਲਾਜ਼ਮ ਪਹਿਲਾਂ ਹੀ ਇਸ ਚੀਜ਼ ਦਾ ਹੱਲ ਕਿਉਂ ਨਹੀਂ ਕਰਦੇ? ਕਿਉਂ ਲੋਕਾਂ ਨੂੰ ਸ਼ਿਕਾਇਤ ਦੇ ਕੇ ਆਪਣੇ ਘਰਾਂ ਆਪਣੀਆਂ ਕਲੋਨੀਆਂ ਦੇ ਵਿੱਚ ਖੜ੍ਹਾ ਪਾਣੀ ਕਢਵਾਉਣਾ ਪੈਂਦਾ? ਇਸ ਲਈ ਪ੍ਰਸ਼ਾਸਨ ਇਸ ਸੰਬੰਧੀ ਨਿਗਾਹ ਮਾਰੇ ਕਿ ਇਸ ਦੇ ਪ੍ਰਬੰਧ ਪਹਿਲਾਂ ਹੀ ਕੀਤੇ ਜਾਣ, ਲੋਕਾਂ ਨੂੰ ਸ਼ਿਕਾਇਤ ਕਰਨ ਦਾ ਮੌਕਾ ਨਾ ਮਿਲੇ। ਪਟਿਆਲਾ ਤੋਂ ਚਰਨਜੀਤ ਜੋਸ਼ੀ ਦੀ ਰਿਪੋਰਟ ਆਨ ਏਅਰ।